ਹੈ एवरीवन ਆਮ ਵੈਲਕਮ ਟੂ ਮਾਈ YouTube ਚੈਨਲ ਬਿਕਰਨ ਪੰਜਾਬੀ ਤੁਹਾਡਾ ਸਾਡੇ YouTube ਚੈਨਲ ਬਿਕਰਨ ਪੰਜਾਬੀ ਦਾ ਸਵਾਗਤ ਹੈ ਤੁਹਾਨੂੰ ਪਤਾ ਹੈ ਕਿ ਕਾਫੀ ਟਾਈਮ ਤੋਂ ਜੋ ਕਿ ਬੈਂਕਾਂ ਦਾ ਮਰਜਰ ਹੋਇਆ ਉਸ ਦੇ ਕਰਕੇ ਸਿਸਟਮ ਅਪਡੇਟ ਹੋ ਰਿਹਾ ਜੋ ਕਿ 8 ਤਰੀਕ ਤੋਂ ਲੈ ਕੇ 11 ਤਰੀਕ ਤੱਕ ਆਂਧਰਾ ਬੈਂਕ ਦਾ ਵੀ ਜੋ ਕਿ ਸਿਸਟਮ ਅਪਡੇਟ ਹੋ ਰਿਹਾ ਉਹਦੇ ਕਰਕੇ ਕਈ ਵੀਰਾਂ ਦੇ ਪ੍ਰੋਬਲਮ ਆ ਰਹੀ ਹੈ ਕੰਪਲੀਟ ਆ ਰਹੀ ਹੈ ਕਿ ਏਟੀਐਮ ਦੇ ਵਿੱਚੋਂ ਜਾਂ ਆਨਲਾਈਨ ट्रांजैक्शन ਨਹੀਂ ਹੋ ਰਹੀ ਇਸ ਦੀ ਸਮੱਸਿਆ ਆ ਰਹੀ ਹੈ ਥੋੜੀ ਉਸ ਦੇ ਕਰਕੇ ਦੱਸਣਾ ਚਾਹੁੰਦਾ ਹਾਂ ਮੈਂ ਕਿ 8 ਤਰੀਕ ਤੋਂ ਲੈ ਕੇ 11 ਜਨਵਰੀ ਤੱਕ ਸਿਸਟਮ ਆ ਜੋ ਕਿ ਅਪਡੇਟ ਹੋ ਰਿਹਾ ਇਸ ਦੇ ਵਿੱਚ ਨਾਲ ਤੁਹਾਡੇ ਏਟੀਐਮ ਕਾਰਡ ਚੱਲਣਗੇ ਤੁਸੀਂ ਕਿਤੇ ਸਵੈਪ ਕਰ ਸਕਦੇ ਹੋ ਜਾਂ ਵਿਡਰੋਅਲ ਕਰ ਸਕਦੇ ਹੋ ਏਟੀਐਮ ਦੇ ਵਿੱਚੋਂ ਪੇਮੈਂਟ ਐਂਡ ਨਾਹੀਂ ਆਨਲਾਈਨ ਇੰਟਰਨੈਟ ਬੈਂਕਿੰਗ ਚੱਲੇਗੀ ਐਂਡ ਕਈ ਵੀਰਾਂ ਦੀ ਇਹ ਵੀ ਕੰਪਲੇਂਟ ਆਈ ਆ ਕਿ ਅਕਾਊਂਟ ਦਾ ਜਿਹੜਾ ਆਨਲਾਈਨ ਕਿਤੇ ਉਹਨਾਂ ਨੇ ट्रांजੈਕਸ਼ਨ ਕਰੀਆ ਤਾਂ ਉਹਨਾਂ ਦਾ ਏਟੀਐਮ ਤਾਂ ਨਹੀਂ ਚੱਲੇਆ ਪਰ ਉਹਨਾਂ ਨੂੰ ਮੈਸੇਜ ਆਇਆ ਜਿਸ ਦੇ ਵਿੱਚ ਜ਼ੀਰੋ ਬੈਲੈਂਸ ਅਕਾਊਂਟ ਦੇ ਵਿੱਚ ਸ਼ੋ ਹੋ ਰਿਹਾ ਇਸ ਲਈ ਘਬਰਾਉਣ ਦੀ ਤੁਹਾਨੂੰ ਕੋਈ ਵੀ ਲੋੜ ਨਹੀਂ ਹੈਗੀ ਤੁਹਾਡਾ ਬੈਲੈਂਸ ਸਿਕਯੁਰ ਹੈ ਐਂਡ ਸਿਕਿਉਰੀ ਰਹੇਗਾ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਇਹ ਬੈਂਕ ਆਂਧਰਾ ਬੈਂਕ ਦੇ ਵਿੱਚ ਜਿਨ੍ਹਾਂ ਦੇ ਵੀ ਅਕਾਊਂਟ ਆ ਉਹ ਜ਼ਰੂਰ ਨੋਟ ਕਰਨ 8 ਤਰੀਕ ਤੋਂ ਲੈ ਕੇ 11 ਜਨਵਰੀ ਤੱਕ ਜੋ ਕਿ ਸਿਸਟਮ ਅਪਡੇਟ ਹੋ ਰਿਹਾ ਇਸ ਦੇ ਵਿੱਚ ਤੁਸੀਂ ਆਨਲਾਈਨ ट्रांजੈਕਸ਼ਨ ਨਹੀਂ ਕਰ ਸਕਦੇ ਤੁਹਾਨੂੰ ਇਸ ਦੇ ਵੀਡੀਓ ਰਾਹੀਂ ਮੈਂ ਇਹੀ ਦੱਸਣਾ ਸੀ ਇੱਕ ਘਬਰਾਉਣ ਦੀ ਕੋਈ ਲੋੜ ਨਹੀਂ ਤੁਹਾਡਾ ਬੈਲੈਂਸ ਸਿਕਿਉਰ ਹੈ ਜੀ ਥੈਂਕਸ ਫॉर ਵਾਚਿੰਗ ਧੰਨਵਾਦ